ਸੰਗਤਾਂ ਜੋ ਚੜ੍ਹਦੀ ਕਲਾ ਦੇ ਵਿੱਚ ਕਿਸਾਨੀ ਮੋਰਚਾ ਸੰਘਰਸ਼ ਚੱਲ ਰਿਹਾ ਹੈ, ਸਾਧ ਸੰਗਤ ਜੀ ਇਹ 10ਵੇਂ ਪਾਤਸ਼ਾਹ ਦੀ ਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਅਨੰਦਪੁਰ ਸਾਹਿਬ ਤੋਂ ਬਾਅਦ ਇਹ ਸੰਘਰਸ਼ ਇੱਕ ਹੋਲੇ ਮਹੱਲੇ ਦਾ ਰੂਪ ਇਸ ਸਥਾਨ 'ਤੇ ਧਾਰਨ ਕਰ ਗਿਆ ਹੈ। ਪੂਰਾ ਪੰਜਾਬ ਨਹੀਂ, ਹਿਮਾਚਲ, ਹਰਿਆਣਾ, ਰਾਜਸਥਾਨ, ਯੂਪੀ ਔਰ ਬਿਹਾਰ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਿਸਾਨ ਜਿਹੜੇ ਹਨ ਉਹ ਇਸ ਅੰਦੋਲਨ ਵਿੱਚ ਸ਼ਮੂਲੀਅਤ ਕਰ ਰਹੇ ਹਨ। ਗੁਰਸਿੱਖ ਸੰਗਤਾਂ ਨੇ ਜਿੱਥੇ ਸਾਰਿਆਂ ਵਾਸਤੇ ਅਨੇਕ ਪ੍ਰਕਾਰ ਦੇ ਗੁਰੂ ਕੇ ਪ੍ਰਸ਼ਾਦੇ ਦੇ ਲੰਗਰ ਚੱਲ ਰਹੇ ਹਨ, ਉਹ ਸੁਵਿਧਾਵਾਂ ਸਭ ਦਿੱਤੀਆਂ ਜਾ ਰਹੀਆਂ ਹਨ। ਉੱਥੇ ਅਸੀਂ ਧੰਨਵਾਦੀ ਹਾਂ ਕੈਨੇਡਾ ਸੇਵਾ ਸੁਸਾਇਟੀ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਇਸ ਸਥਾਨ ਉੱਤੇ ਪਹੁੰਚ ਕੇ ਜੋ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਰੀਰਕ ਪ੍ਰੋਬਲਮ ਹੁੰਦੀ ਹੈ, ਮੈਡੀਕਲ ਪ੍ਰੋਬਲਮ ਦੇ ਹੱਲ ਵਾਸਤੇ ਦਵਾਈਆਂ ਦਾ ਲੰਗਰ ਲਾਇਆ ਹੋਇਆ ਹੈ। ਹੁਣੇ ਨੌਜਵਾਨ, ਕਈ ਬਜ਼ੁਰਗਾਂ ਦੀ ਜੋ ਥੋੜ੍ਹੀ ਬਹੁਤੀ ਠੰਡ ਕਾਰਨ ਸਿਹਤ ਖਰਾਬ ਹੁੰਦੀ ਹੈ, ਉਹਨਾਂ ਨੂੰ ਇੰਜੈਕਸ਼ਨ ਦੇ ਰਹੇ ਨੇ, ਥੈਰੇਪੀ ਹੋ ਰਹੀ ਹੈ। ਜਿਹੜੇ ਬਜ਼ੁਰਗ ਥੱਕ ਜਾਂਦੇ ਹਨ, ਫਿਜ਼ੀਓਥੈਰੇਪੀ ਚੱਲ ਰਹੀ ਹੈ, ਹਰ ਤਰ੍ਹਾਂ ਦੀਆਂ ਦਵਾਈਆਂ ਮੈਡੀਸਨ ਜਿਹੜੀ ਹੈ, ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ 'ਤੇ ਲੰਗਰ ਚੱਲ ਰਿਹਾ। ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ, ਉੱਥੇ ਗੁਰਸਿੱਖ ਪਿਆਰੇ ਦਵਾਈਆਂ ਦੇ ਰਾਹੀਂ ਸੇਵਾ ਕਰ ਰਹੇ ਹਨ। ਔਰ ਇਕੱਲੇ ਸੰਘਰਸ਼ ਵਿੱਚ ਮੋਰਚੇ ਵਿੱਚ ਜੁੜੇ ਹੋਏ ਲੋਕ ਹੀ ਲਾਹਾ ਨਹੀਂ ਲੈ ਰਹੇ, ਰਾਹ ਜਾਂਦੇ ਵੀ ਜੇ ਕਿਸੇ ਰਾਹਗੀਰ ਨੂੰ ਕਿਸੇ ਤਰ੍ਹਾਂ ਦੀ ਦਵਾਈ ਦੀ ਜ਼ਰੂਰਤ ਹੈ, ਉਹ ਵੀ ਰੁਕ ਕੇ ਇੱਥੇ ਆਪਣੀ ਸ਼ੂਗਰ ਚੈੱਕ ਕਰਾ ਰਹੇ ਹਨ, ਦਵਾਈਆਂ ਦਾਰੂ ਲੈ ਰਹੇ ਹਨ। ਸੋ ਅਸੀਂ ਦੁਬਾਰਾ ਫਿਰ ਸਮੂਹ ਸੰਗਤਾਂ ਵੱਲੋਂ ਕੈਨੇਡਾ ਸੇਵਾ ਸੁਸਾਇਟੀ ਵਾਲਿਆਂ ਦਾ ਤਥਾ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਅਰਦਾਸ ਕੀਤੀ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਬਖਸ਼ਿਸ਼ ਕਰ। ਥੋੜ੍ਹੇ ਦਿਨਾਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ ਫਰਜੰਦਾਂ ਦਾ ਸ਼ਹੀਦੀ ਦਿਹਾੜਾ, ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਆ ਰਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ। ਉਹ ਦਿਹਾੜੇ ਆਉਣ ਤੋਂ ਪਹਿਲਾਂ ਅਸੀਂ ਦਿੱਲੀ ਜਿੱਤ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਫਿਰ ਉਸੇ ਤਰ੍ਹਾਂ ਉਹ ਸ਼ਹੀਦੀ ਦਿਹਾੜੇ ਮਨਾਈਏ ਕਿ ਜਲਦ ਤੋਂ ਜਲਦ ਥੋੜ੍ਹੇ ਦਿਨਾਂ ਵਿੱਚ ਹੀ ਗੁਰੂ ਸਾਹਿਬ ਨੇ ਕਿਰਪਾ ਬਖਸ਼ਿਸ਼ ਕਰਨੀ ਹੈ ਕਿ ਮੋਰਚਾ ਜਿੱਤਿਆ ਜਾਣਾ ਔਰ ਖਾਲਸੇ ਦੀ ਚੜ੍ਹਦੀ ਕਲਾ ਹੋਣੀ ਹੈ। ਫਿਰ ਦੁਬਾਰਾ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ, ਸਰਬੱਤ ਦਾ ਭਲਾ ਮੰਗਦੇ ਹੋਏ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।